कही है कि देखो एक बुजुर्ग का नौजवान मुंडा 30 साल का ऐ दुनिया चल जाए कई बाप के मुंडे पहले ही मर चुके थे। अभी तो प्रसाद बड़ी मेहनत की पर साड़ी किसी सुनवाई नहीं की। सू एना दुखा पर प्रशासन से कुछ नहीं करे। साढ़े सरपंच साहब खड़े इन्होंने भी बयान करते शरेआम चिट्टा बिगड़ा, शरेआम चिट्टा बिगड़ा, शरेआम चिट्टा बिगड़ा, शरेआम कोई रोक ठोक नहीं। ਤੁਹਾਡੇ ਵੱਲੋਂ ਸੰਘਰਸ਼ ਕਮੇਟੀ ਵੱਲੋਂ ਤੇ ਤੁਹਾਡੇ ਤੁਹਾਡੀ ਪਾਰਟੀ ਵੱਲੋਂ ਤਾਂ ਧਰਨਾ ਲਗਾਇਆ ਗਿਆ ਸੀਗਾ ਉਹ ਕਾਫੀ ਟਾਈਮ ਪਹਿਲਾਂ। ਅਸੀਂ ਧਰਨਾ ਲਗਾਇਆ ਸੀ ਉਦੋਂ ਪਿਛਲੇ ਸਾਲ ਤੇ 3 ਮਹੀਨੇ ਧਰਨਾ ਚੱਲਿਆ ਇੱਥੇ। ਜਦੋਂ ਆਪਣੀ ਸਰਕਾਰ ਬਣੀ ਮੁੰਡੀਆਂ ਸਾਹਿਬ ਨੇ ਮੌਕੇ ਤੇ ਆ ਕੇ ਸਾਨੂੰ ਵਿਸ਼ਵਾਸ ਦੇ ਕੇ ਧਰਨਾ ਚੁਕਾਇਆ ਸੀ। ਕਹਿੰਦਾ ਅਗਰ ਨਹੀਂ ਬਾਦੂ ਤਾਂ ਇੱਥੇ ਤਾਲੀ ਮੈਂ ਲੈ ਖੜਾਉਂਗਾ। ਪਰ ਕੋਈ ਮੁੜ ਕੇ ਮੁੰਡੀਆਂ ਸਾਹਿਬ ਨਹੀਂ ਇੱਥੇ ਪਹੁੰਚੇ। ਉਹਦਾ ਚਿੱਟਾ ਉਹਦਾ ਸ਼ਰਿਆਮ ਚਿੱਟਾ ਉਸਦੇ ਬਿਨਾਂ ਸ਼ਰਿਆਮ ਵਿਕਦਾ ਹੈ। ਮੇਰੇ ਕੋਲ ਮੂਵੀਆਂ ਵਿੱਚ ਪਈਆਂ ਮੋਬਾਈਲ ਦੇ ਫੇਰ ਵੀ ਕੋਈ ਕਾਰਵਾਈ ਨਹੀਂ ਹੁੰਦੀ। ਮੁੰਡੇ ਅਸੀਂ ਫੜਦੇ ਖੁਦ ਫੜਦੇ ਆ ਪਬਲਿਕ ਦੇ ਨਾਲ ਸਾਥ ਨਾਲ ਸੀ ਮੁੰਡੇ ਇੱਥੋਂ ਫੜੇ ਬਜਾ ਵਾਰੀ। ਹੁਣ ਜਿਵੇਂ ਕਿ ਮੁਲਾਜ਼ਮ ਪਹੁੰਚੇ ਹੋ ਕੀ ਕਹਿ ਰਹੇ ਮੁਲਾਜ਼ਮ ਮੇਰੇ ਵੀ? ਕੋਈ ਨਹੀਂ ਖੜੇ ਬਸ ਉਹਨੇ ਹੀ ਕਹਿਣਾ ਕੋਈ ਨਹੀਂ ਕਿਹਾ ਉਹਨੇ। ਬਾਕੀ ਸਰਪੰਚ ਹੋਣੀ ਹੈ ਬੈਠੇ ਇਹਨੂੰ ਸਾਰਿਆਂ ਬੇਦਾਂ ਨੂੰ ਪੁੱਛ ਲਓ ਸਾਰਿਆਂ ਮੇਰਾ ਚਿੱਟਾ ਮੇਰਾ ਮੁੰਡਾ ਜੀ ਕਿੰਨੇ ਟਾਈਮ ਤੋਂ ਚਿੱਟੇ ਦਾਦੀ ਹੈ ਜੀ? ਇਹ ਤਾਂ ਹੋ ਗਿਆ ਨੂੰ ਸਾਲ ਹੀ ਸਾਲ ਦੇ ਪਿੱਛੇ ਚੱਲ ਜਾਂਦਾ ਸੀਗਾ ਤੇ ਹੁਣ ਫੇਰ ਗੱਲ ਲੈਂਟਰ ਤੇ ਜਾਣ ਲੱਗ ਗਿਆ ਕੱਲ ਪਰਸੋਂ ਦਾ ਤੇ ਲੱਗ ਗਿਆ। ਤੁਸੀਂ ਰੋਕਣ ਦੀ ਕੋਈ ਕੋਸ਼ਿਸ਼ ਕੀਤੀ ਜਾਂ ਕੋਈ ਕੀਤੀ? ਮੈਂ ਜੇਲ੍ਹ ਵੀ ਸਿਰ ਦੋ ਵਾਰੀ ਛੱਡਿਆ ਟੁੱਟਿਆ ਮਾਵੇ ਉਸੇ ਕਰਦੇ ਹੋ ਕਦੇ ਇਹਨੂੰ ਤੁਸੀਂ ਜਨਾਂ ਵੀ ਟੁੱਟਿਆ ਦੋ ਵਾਰੀ ਮੈਂ ਟੁੱਟਿਆ। ਹੁਣ ਕੀ ਕਹਿਣਾ ਚਾਹੁੰਦੇ ਕਰਵੇ ਹੋਣਗੇ ਹੋਣੀ ਚੰਦੀ ਹੋਣਾ ਕਹਿੰਦਾ ਜੀ ਹੁਣ ਇਹਨਾਂ ਸੰਸਕਾਰ ਤਾਂ ਕਰ ਲੈਣ ਕੇ ਤਰੀਕੇ ਦਾ ਕਿੱਦਾਂ ਪੰਜਾਬ ਦਾ ਮੈਂ ਅਸੀਂ ਤਾਂ ਜੀ ਬਹੁਤ ਕਦਮ ਚੱਕ ਕੇ ਦੇਖ ਲਏ ਪੁਲਿਸ ਨੂੰ ਕਹਿ ਕੇ ਦੇਖ ਲਿਆ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਅਖਬਾਰਾਂ ਤੇ ਖਬਰਾਂ ਵੀ ਲੱਗ ਚੁੱਕੀਆਂ ਤੇਰਾ ਕਿਹਾ ਇਹ ਮੁੰਡੇ ਨੂੰ ਵੀ ਅਸੀਂ ਡੱਕਦੇ ਸੀ ਬਹੁਤ ਫਾਰੀ ਡੱਕਿਆ ਇਹਨਾਂ ਦੇ ਘਰਦਿਆਂ ਨੂੰ ਵੀ ਕਿਹਾ ਮੈਂ ਜਾ ਕੇ ਕਿਹਾ ਇਹਦੇ ਫਾਦਰ ਸਾਹਿਬ ਹੁਣ ਕੋਲ ਖੜੇ ਆ ਇਹਨਾਂ ਦੇ ਘਰੇ ਜਾ ਕੇ ਕਿਹਾ ਜਾਂ ਮੰਨਦੇ ਨਹੀਂ ਹੈਗੇ ਚਿੱਟੇ ਵਾਲੇ ਸਾਡੇ ਆਪ ਆਪਦੇ ਗੱਲ ਪੈਂਦੇ ਆ ਜੀ ਸਾਡੇ ਆਪ ਗੱਲ ਪੈਂਦੇ ਆ ਇਹ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਮੁੰਡੀਆ ਸਾਹਿਬ ਤੋਂ ਇਹੀ ਗੱਲ ਚਾਹੁੰਦੇ ਆ ਪੰਚਾਇਤ ਉਹਨਾਂ ਦੇ ਨਾਲ ਆ ਸਹਿਯੋਗ ਦੇਵਾਂਗੇ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਜੀ ਕੱਲ ਨੂੰ ਸਾਡੇ ਵੀ ਧੀ ਪੁੱਤ ਆ ਮੇਰੇ ਵੀ ਮੁੰਡੇ ਦੋ ਜਵਾਨ ਆ ਕੱਲ ਨੂੰ ਉਹ ਫਸ ਗਏ ਫੇਰ ਇਹ ਤਾਂ ਜੀ ਬੰਦ ਹੋਣਾ ਚਾਹੀਦਾ ਬੇਨਤੀ ਹੈ ਇਹੀ ਜੀ ਸਰਕਾਰ ਨੂੰ ਬੰਦ ਕਰਾ ਦੇ ਅਗਰ ਜੇ ਕੀ ਕਰਾ ਸਕਦੀ ਹੈ ਸਰਕਾਰ ਨੂੰ ਚਾਹੀਦਾ ਬੰਦ ਕਰਾ ਦੇ ਜੀ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਅਗਰ ਜੇ ਨਹੀਂ ਬੰਦ ਕਰਦੇ ਤੁਸੀਂ ਕੀ ਕਦਮ ਚੁੱਕੋਗੇ ਫਿਰ ਤੋਂ ਦੇਖੋ ਜਿਵੇਂ ਕਦਮ ਅਸੀਂ ਤਾਂ ਭੈਣਾ ਭਾਈਆਂ ਦੇ ਸਾਰਿਆਂ ਦੇ ਨਾਲ ਹੀ ਹਾਂ ਅਸੀਂ ਇਕੱਲਾ ਬੰਦਾ ਤਾਂ ਕੋਈ ਬੜਾ ਹੋਇਆ ਨਹੀਂ ਹੈਗਾ ਅਸੀਂ ਭੈਣਾ ਭਾਈਆਂ ਦੇ ਨਾਲ ਆ ਜਿੱਦਾਂ ਵੀ ਇਹ ਸਾਡਾ ਪਿੰਡ ਦਾ ਜੋ ਵੀ ਸਾਡੀ ਪੰਚਾਇਤ ਫੈਸਲਾ ਲਊਗੀ ਅਸੀਂ ਨਾਲ ਆ ਮੈਂ ਤਾਂ ਸਰਪੰਚ ਜੀ ਉਹਨਾਂ ਦੇ ਪਿੰਡ ਦੇ ਨਗਰ ਦੇ ਨਾਲ ਆ ਜੀ ਮੈਂ ਤਾਂ ਜੋ ਵੀ ਫੈਸਲਾ ਲੈਣਗੇ ਜੇ ਕਹਿਣਗੇ ਬਹਿ ਜਾਓ ਬਹਿ ਜਾਵਾਂਗੇ ਅਸੀਂ ਧਰਨੇ 'ਤੇ ਬਹਿ ਜਾਵਾਂਗੇ ਇੱਡੀ ਕੋਈ ਤੁਹਾਨੂੰ ਦੂਜੀ ਨਹੀਂ ਹੈਗੀ ਅਸੀਂ ਕਿਹੜਾ ਕਿਸੇ ਦਾ ਕੁਝ ਦੇਣਾ ਜੇ ਡਰੀਏ ਅਸੀਂ ਪੋਲੀਟੀਸ਼ੀਅਨ ਤੋਂ ਡਰੀਏ ਕਿਸੇ ਦਾ ਕੁਛ ਨਹੀਂ ਦੇਣਾ ਹੈਗਾ ਅਸੀਂ ਇਹ ਜਾਣੀ ਬੰਦ ਹੋਣਾ ਚਾਹੀਦਾ ਜ਼ਰੂਰੀ ਹੈ ਜੀ ਇਹ।